ਹੁਣ ਸਮਾਂ ਹੈ ਪਿਆਰੀ ਸਾਧ ਸੰਗਤ ਸ਼ਬਦ ਜਾਪ ਦਾ। ਤਾਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਵੀ ਵੀਰ ਭੈਣਾਂ ਇੱਥੇ ਆਏ ਹਨ, ਜੇ ਲਾਹਾ ਲੈ ਕੇ ਜਾਣਾ ਹੈ ਤਾਂ ਨਾਲ ਨਾਲ ਆਪ ਜੀ ਨੇ ਸਾਰਿਆਂ ਨੇ ਸ਼ਬਦਾਂ ਦਾ ਜਾਪ ਕਰਨਾ। ਬਹੁਤ ਹੀ ਪਿਆਰ ਦੇ ਨਾਲ ਸਟੇਜ ਤੋਂ ਪੜ੍ਹੇ ਜਾਂਦੇ ਹੈ, ਪਿੱਛੇ ਤੁਸੀਂ ਸਾਰਿਆਂ ਨੇ ਹੀ ਜਿਹੜਾ ਨਾਲ ਪੜ੍ਹਨਾ ਹੈ ਤਾਂ ਜੋ ਅਸੀਂ ਸਾਰੇ ਨਾਲੇ ਆਨੰਦ ਮਾਣ ਸਕੀਏ ਅਤੇ ਨਾਲੇ ਸਾਰੇ ਦੇਹ ਰੋਗਤਾ ਇੱਥੋਂ ਲੈ ਕੇ ਜਾ ਸਕੀਏ ਘਰਾਂ ਨੂੰ, ਕਿਉਂਕਿ ਸਭ ਤੋਂ ਵੱਡੀ ਦਵਾਈ ਜਿਹੜੀ ਹੈ ਨਾ ਉਹ ਪਰਮੇਸ਼ੁਰ ਦਾ ਨਾਮ ਹੈ। ਅਤੇ ਜਿੰਨੇ ਪਿਆਰ ਦੇ ਨਾਲ ਤੁਸੀਂ ਪਰਮੇਸ਼ੁਰ ਦਾ ਨਾਮ ਜਪੋਗੇ ਓਨੀਆਂ ਬਰਕਤਾਂ ਆਪਣੀ ਝੋਲੀ 'ਚ ਪਵਾ ਕੇ ਲੈ ਕੇ ਜਾਓਗੇ। ਇਹ ਮੈਂ ਆਪ ਜੀ ਨੂੰ ਤਾਂ ਦੱਸ ਰਿਹਾ, ਸਾਡਾ ਤਜਰਬਾ ਹੈ, ਅਸੀਂ ਇੰਨੇ ਸਾਲਾਂ ਤੋਂ ਜਿਹੜੀ ਸੇਵਾ ਕਰ ਰਹੇ ਹਾਂ, ਜਿੰਨੇ ਵੀ ਪਿਆਰ ਦੇ ਨਾਲ ਜਪਿਆ ਉਹ ਡੈਫੀਨੇਟ ਜਿਹੜਾ ਠੀਕ ਹੋ ਕੇ ਗਿਆ, ਐਸੇ ਐਸੇ ਰੋਗਾਂ ਤੋਂ ਠੀਕ ਹੋ ਕੇ ਗਿਆ ਕਿ ਜਿਨ੍ਹਾਂ ਦਾ ਕੋਈ ਇਲਾਜ ਪੂਰੇ ਸੰਸਾਰ ਦੇ ਵਿੱਚ ਨਹੀਂ ਸੀ। ਸੰਸਾਰ ਦੇ ਸਾਰੇ ਡਾਕਟਰ ਜਿਹੜੇ ਸੀ ਹੱਥ ਖੜ੍ਹੇ ਕਰ ਚੁੱਕੇ ਸੀ, ਜੀ ਸਾਡੇ ਕੋਲ ਕੋਈ ਇਲਾਜ ਨਹੀਂ। ਮੈਂ ਤੁਹਾਨੂੰ ਦੱਸਦਾ ਇੱਕ ਭਾਈ ਰਣਧੀਰ ਸਿੰਘ ਨਗਰ ਦੇ ਵਿੱਚ ਹੀ ਬੀਬੀ ਜੀ ਹਨ, 502 ਆਈ ਭਾਈ ਰਣਧੀਰ ਸਿੰਘ ਨਗਰ ਰਹਿੰਦੇ, ਉਹਨਾਂ ਨੂੰ ਥਾਇਰਾਇਡ ਦਾ ਕੈਂਸਰ ਹੋ ਗਿਆ। ਪਿਆਰੀ ਸਾਧ ਸੰਗਤ, ਪਹਿਲੇ ਲੁਧਿਆਣੇ 'ਚ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਿਹਾ, ਫਿਰ ਰਾਜੀਵ ਗਾਂਧੀ ਕੈਂਸਰ ਹੋਸਪਿਟਲ ਜਿਹੜਾ ਦਿੱਲੀ 'ਚ ਹੈ। ਕਾਫੀ ਟਾਈਮ ਉਹਨਾਂ ਦਾ ਬੇਟਾ ਸਾਡੇ ਨਾਲ ਕੀਰਤਨ 'ਤੇ ਆਉਂਦਾ ਸੀ, ਦਵਿੰਦਰ ਸਿੰਘ, ਕਾਫੀ ਟਾਈਮ ਜਿਹੜਾ ਉਹ ਉੱਥੇ ਟ੍ਰੀਟਮੈਂਟ ਚੱਲਦਾ ਰਿਹਾ। ਫਿਰ ਰਾਜੀਵ ਗਾਂਧੀ ਕੈਂਸਰ ਹੋਸਪਿਟਲ ਦੇ ਵਿੱਚ ਉੱਥੋਂ ਟ੍ਰੇਨ ਦੇ ਉੱਤੇ ਹਮੇਸ਼ਾ ਆਉਂਦੇ ਸਨ ਜਦੋਂ ਬੁਲਾਉਂਦੇ ਸੀ ਡਾਕਟਰ, ਕੀਮੋਥਰੈਪੀ ਵੀ ਹੋਈ, ਸਭ ਕੁਛ ਹੋਇਆ। ਅਖੀਰ ਦੇ ਉੱਤੇ ਉਹਨਾਂ ਨੇ ਕਹਿ ਦਿੱਤਾ, ਜੀ ਅੱਜ ਜਿਹੜਾ ਅਸੀਂ ਇੰਜੈਕਸ਼ਨ ਲਗਾਉਣ ਲੱਗੇ ਹਾਂ ਲਾਸਟ ਇੰਜੈਕਸ਼ਨ ਹੈ, ਇਸ ਤੋਂ ਬਾਅਦ ਉਹ ਸਾਡੇ ਕੋਲ ਤੁਹਾਡਾ ਕੋਈ ਇਲਾਜ ਨਹੀਂ। ਉਹ ਇੰਜੈਕਸ਼ਨ ਲਵਾ ਕੇ ਆਏ, ਉਸ ਤੋਂ ਬਾਅਦ ਸਰਬ ਰੋਗਾ ਔਖ ਦੇ ਨਾਮ ਨਾਲ ਜੁੜ ਗਏ। ਅੱਜ ਵੀ ਉਹ ਬਿਲਕੁਲ ਠੀਕ ਠਾਕ ਨੇ ਬੀਬੀ ਜੀ। ਕਿਵੇਂ ਹੁਣ ਉਹ ਅਮਰੀਕਾ ਮੇਰੇ ਖਿਆਲ ਅੱਜ ਕੱਲ੍ਹ ਗਏ ਹੋਏ ਨੇ, ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਉਹਨਾਂ ਕੋਲ, ਅਮਰੀਕਾ ਗਏ ਹੋਏ ਨੇ। ਉਹਨਾਂ ਨੇ ਰੂਟੀਨ ਹੀ ਬਣਾ ਲਿੱਤੀ ਇੱਕ ਘਰ ਹੀ, ਜਿਹੜਾ ਵੀ ਕੋਈ ਕੰਮ ਕਰਦੇ ਨਾ, ਜਿਵੇਂ ਰਸੋਈ 'ਚ ਕੰਮ ਕਰ ਰਹੇ ਆ, ਕਮਰੇ 'ਚ ਕੰਮ ਕਰ ਰਹੇ ਆ, ਅਤੇ ਨਾਲ ਨਾਲ ਸ਼ਬਦਾਂ ਦਾ ਜਾਪ ਪਿਆਰ ਨਾਲ ਕਰੀ ਜਾਣਾ। ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਵਾ, ਕਿਉਂ ਕਿਉਂ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਵਾ। ਗੁਰਬਾਣੀ ਕਹਿ ਰਹੀ ਕਿ ਜਿੱਥੇ ਪਰਮੇਸ਼ੁਰ ਆਪ ਆ ਕੇ ਖੜ੍ਹਾ ਹੋ ਜਾਂਦਾ ਨਾ, ਅਤੇ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿੰਨਾ ਮਰਜ਼ੀ ਬੰਦਾ ਬਿਮਾਰ ਹੋਵੇ, ਅਕਾਲ ਪੁਰਖ ਆਪ ਜਿਹੜਾ ਵਿੱਚ ਵਰਤ ਕੇ ਉਸ ਬੰਦੇ ਨੂੰ ਠੀਕ ਕਰ ਦਿੰਦਾ। ਔਰ ਅੱਜ ਵੀ ਉਹ ਭੈਣ ਜੀ ਬਿਲਕੁਲ ਠੀਕ ਠਾਕ ਨੇ ਗੁਰੂ ਦੀ ਕਿਰਪਾ ਦੇ ਨਾਲ। ਸੋ ਆਓ ਪਿਆਰ ਦੇ ਨਾਲ ਸਾਰਿਆਂ ਨੇ ਜਾਪ ਕਰਨਾ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬਾਰ ਬਾਰ ਸਟੇਜ ਤੋਂ ਕਹਿਣ ਦੀ ਲੋੜ ਹੀ ਨਾ ਪਵੇ। ਆਪਾਂ ਸਾਰੇ ਗੁਰੂ ਦੇ ਬੱਚੇ ਹਾਂ, ਅਸੀਂ ਕਹਿੰਦੇ ਹਾਂ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਖ ਹਨੇਰੇ। ਜੇ ਕਿਰਪਾ ਗੁਰੂ ਸਾਹਿਬ ਦੀ ਹੋ ਜਾਏ ਤਾਂ ਫਿਰ ਹਨੇਰੇ ਸੁੱਖ, ਝੋਲੀਆਂ ਤੁਹਾਡੀਆਂ ਮਤਲਬ ਵੀ ਇੰਨੀਆਂ ਕੋਈ ਗੁਰੂ ਨੇ ਭਰ ਦੇਣੀਆਂ ਕਿ ਤੁਹਾਡੀ ਝੋਲੀ ਛੋਟੀ ਪੈ ਜਾਣੀ ਹੈ, ਪਰ ਬਰਕਤਾਂ ਫਿਰ ਵੀ ਮਿਲੀ ਜਾਣੀ। ਸੋ ਸਾਰੇ ਪਿਆਰ ਨਾਲ ਜਪੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪੜੋ ਸਾਰੇ ਜਪੋ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ, ਤੀਨੇ ਤਾਪ ਨਿਵਾਰਣ ਹਾਰਾ, ਤੀਨੇ ਤਾਪ ਨਿਵਾਰਣ ਸਾਰੇ ਜਪੋ ਜੀ, ਤੀਨੇ ਤਾਪ ਨਿਵਾਰਣ ਹਾਰਾ, ਤੀਨੇ ਤਾਪ ਨਿਵਾਰਣ ਹਾਰਾ, ਸੁਖ ਰਾਸ,
दुख हंता सुख रास विघ्न न को लागे ता को विघ्न न को लागे जाके प्रभु आगे अरदास जाके प्रभु आगे अरदास जाके प्रभु आगे अरदास जाके प्रभु आगे अरदास गोविंद हे गोपाल हे गोविंद हे गोपाल हे दयाल लाल हे दयाल लाल हे दयाल लाल अनाथ सखे प्राण नाथ अनाथ सखे दीन दर्द निवार दीन दर्द निवार दीन दर्द निवार सम्राट अगम पूरन हे सम्राट अगम पूरन मोहे माया तार मोहे माया तार मोहे माया तार मोहे माया तार महापयान अंधकूप महापयान नानक पार उतार नानक पार उतार नानक पार उतार नानक पार उतार गुरु प्यारी साहिब सिंह जी व्याख्या करन तो पहले एक केस मैं आप जी नूं होर दसदा सरदार दर्शन सिंह थिंद 5H भाई रणधीर सिंह नगर लुधियाणा दे रहण वाले मार्कफेड विच काम करते सी हैपाटाइटिस सी हो गया लीवर सोराइसिस उन्हां दे मिसेज जिहड़े ओह प्रोफेसर पंजाब एग्रीकल्चर यूनिवर्सिटी दे विच डॉक्टरां कोल गए जिहड़े स्पैशलिस्ट डॉक्टर सी उन्हां कोल गए तो डॉक्टर ने जो उन्हों की कंडीशन देखी तो डॉक्टर का कहना सी जो हैड ऑफ द डिपार्टमेंट से उन्हें कहा कि दिस इज़ द एंड ऑफ द स्टोरी उसकी वाइफ को कि जी कोई उम्मीद नहीं किसी पासों गुरु प्यारी साध सिंह जी मिशन नाल जुड़ गए जुड़न तो बाद तकरीबन मैं लगता हूँ पिछे ही उन्होंने डैथ हुई सिडनी में उन्होंने डैथ हुई है आस्ट्रेलिया के तकरीबन 20 साल मैं लगता अंदाजा मैं उन्होंने देख रहा कि 20 साल तो इस मिशन के नाल जुड़े हुए किन्ने कैंप उन्होंने साढ़े आस्ट्रेलिया के लगवाए गुरबाणी पढ़ के बिल्कुल ठीक हो गए बिल्कुल ही ठीक हो गए डॉक्टर भी हैरान सी भी असी तो क्या भी इन्ह की कोई उम्मीद ही नहीं है और इन्ने साल तो किवें ठीक ने वो परिवार जोड़ा सारा का सारा उन्हों का बेटा जोड़ा उत्थे सिडनी के आस्ट्रेलिया के पुलिस डिपार्टमेंट के है उन्होंने संडू साहब ने सरदार शाम सिंह वह भी पुलिस डिपार्टमेंट ने और साढ़े नाल किन्ने कैंप उन्होंने जाके आस्ट्रेलिया मै मेलबोर्न भी आए साढ़े नाल सिडनी भी आए तो न्यूजीलैंड भी साढ़े नाल गए ऑकलैंड
ਇੰਨੇ ਪਿਆਰ ਦੇ ਨਾਲ ਉਹਨਾਂ ਨੇ ਕੈਂਪ ਲਗਵਾਏ ਔਰ ਪੂਰਾ ਆਪਣੇ ਸਮੇਂ ਦੇ ਉੱਤੇ ਸਮਝ ਲਓ ਜਿਹੜਾ ਕਿ ਉਹਨਾਂ ਦਾ ਟਾਈਮ ਬਣ ਜਾਂਦਾ ਸੀ, ਮੈਨੂੰ ਲੱਗਦਾ ਕਿ ਇਸ ਵੇਲੇ ਉਹਨਾਂ ਦੀ ਉਮਰ 80 ਸਾਲ ਦੇ ਕਰੀਬ ਕਰੀਬ ਹੋਏਗੀ ਅਤੇ ਜਿਹੜਾ ਮਤਲਬ ਸਮਾਂ ਸੀ ਉਸ ਵੇਲੇ ਹੀ ਗਏ, ਜੇ ਡਾਕਟਰਾਂ ਦੇ ਕਹਿਣ ਦੇ ਹਿਸਾਬ ਨਾਲ ਬਿਲਕੁਲ ਵੀ ਕੁਛ ਨਹੀਂ ਉਹਨਾਂ ਦਾ ਵਿਗੜਿਆ। ਕਿਉਂ ਨਹੀਂ ਵਿਗੜਿਆ? ਕਿ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਕਹਿੰਦੀ ਕਿ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ, ਦੁੱਖਾਂ ਨੂੰ ਵੱਢ ਕੇ ਸੁੱਟ ਦੇਣ ਵਾਲੀ ਭਾਈ ਸੁੱਖ ਰਾਸ ਸੁੱਖਾਂ ਦਾ ਖਜ਼ਾਨਾ ਹੈ ਗੁਰਬਾਣੀ, ਪਿਆਰੀ ਸਾਧ ਸੰਗਤ ਜੀ। ਇਸ ਲਈ ਅਸੀਂ ਇੰਨਾ ਵੱਡਾ ਖਜ਼ਾਨਾ ਛੱਡ ਕੇ, ਆਪਣੇ ਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਹੋਰ ਪਾਸੇ ਧੱਕੇ ਨਾ ਖਾਈਏ, ਪਹਿਲੀ ਗੱਲ। ਅਤੇ ਦੂਜੀ ਗੱਲ ਇਹ ਹੈ ਕਿ ਵੀ ਜਿਹੜਾ ਵੀ ਅਸੀਂ ਨੇਮ ਕਰਦੇ ਹਾਂ, ਭਾਵੇਂ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਉਹਨੂੰ ਖੁੰਝਾਈਏ ਨਾ, ਕੋਸ਼ਿਸ਼ ਕਰੀਏ ਕਿ ਅਸੀਂ ਜ਼ਰੂਰ ਕਰੀਏ। ਅਤੇ ਜੇ ਗੁਰੂ ਨਾਲ ਜੁੜੇ ਰਹਾਂਗੇ, ਜੇ ਗੁਰੂ ਨਾਨਕ ਨੇ ਸਾਡੀ ਬਾਂਹ ਫੜੀ ਰੱਖੀ ਨਾ, ਤਾਂ ਸਾਡਾ ਕੁਛ ਵੀ ਨਹੀਂ ਵਿਗੜਨਾ। ਸੋ ਆਓ ਸਾਰੇ ਪਿਆਰ ਦੇ ਨਾਲ ਪਹਿਲੇ ਆਪਾਂ ਇਹਨਾਂ ਦੇ ਅਰਥਾਂ ਦ੍ਰਿੜ ਕਰੀਏ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ। ਪਰਮਾਤਮਾ, ਪਰਮਾਤਮਾ, ਸਾਰੇ ਬੋਲੋ ਜੀ, ਪਰਮਾਤਮਾ, ਪਰਮਾਤਮਾ, ਤਿੰਨੇ ਹੀ ਤਾਪ, ਤਿੰਨੇ ਹੀ ਤਾਪ, ਮਾਨਸਿਕ, ਮਾਨਸਿਕ, ਸਰੀਰਕ, ਸਰੀਰਕ, ਅਤੇ ਹੋਮੇ ਦੇ ਰੋਗ, ਅਤੇ ਹੋਮੇ ਦੇ ਰੋਗ, ਦੂਰ ਕਰਨ ਵਾਲਾ ਹੈ, ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ, ਅਤੇ ਸੁੱਖਾਂ ਦਾ ਖਜ਼ਾਨਾ ਹੈ, ਅਤੇ ਸੁੱਖਾਂ ਦਾ ਖਜ਼ਾਨਾ ਹੈ। ਐਸੇ ਪ੍ਰਭੂ ਅੱਗੇ, ਐਸੇ ਪ੍ਰਭੂ ਅੱਗੇ, ਭਰੋਸੇ ਨਾਲ ਕੀਤੀ ਹੋਈ ਅਰਦਾਸ, ਭਰੋਸੇ ਨਾਲ ਕੀਤੀ ਹੋਈ ਅਰਦਾਸ, ਕਦੇ ਖਾਲੀ ਨਹੀਂ ਜਾਂਦੀ, ਕਦੇ ਖਾਲੀ ਨਹੀਂ ਜਾਂਦੀ। ਐਸੇ ਪ੍ਰਭੂ ਅੱਗੇ, ਐਸੇ ਪ੍ਰਭੂ ਅੱਗੇ, ਭਰੋਸੇ ਨਾਲ ਕੀਤੀ ਹੋਈ ਅਰਦਾਸ, ਭਰੋਸੇ ਨਾਲ ਕੀਤੀ ਹੋਈ ਅਰਦਾਸ, ਕਦੇ ਖਾਲੀ ਨਹੀਂ ਜਾਂਦੀ, ਕਦੇ ਖਾਲੀ ਨਹੀਂ ਜਾਂਦੀ, ਅਵਸ਼ ਹੀ ਪੂਰੀ ਹੁੰਦੀ ਹੈ, ਅਵਸ਼ ਹੀ ਪੂਰੀ ਹੁੰਦੀ ਹੈ, ਕੋਈ ਵਿਘਨ, ਕੋਈ ਵਿਘਨ ਨਹੀਂ ਰਹਿੰਦਾ, ਨਹੀਂ ਰਹਿੰਦਾ। ਅਗਲਾ ਸ਼ਬਦ ਪੜਿਆ ਬੇਨਤੀ ਦਾ ਸੀ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਕੇ, ਦੀਨ ਦਰਦ ਨਿਵਾਰ, ਹੇ ਸਮਰਥ, ਅਗਮ ਪੂਰਨ ਮੋਹੇ ਮਯਾ ਧਾਰ, ਅੰਧਕੂਪ ਮਹਾਂਭਿਆਨ, ਨਾਨਕ ਪਾਰ ਉਤਾਰ। ਆਓ ਅਰਥਾਂ ਦ੍ਰਿੜ ਕਰੀਏ। ਹੇ ਅੰਤਰਜਾਮੀ, ਹੇ ਅੰਤਰਜਾਮੀ, ਹੇ ਪਾਲਨਹਾਰ, ਹੇ ਪਾਲਨਹਾਰ, ਹੇ ਦਇਆ ਦੇ ਸੋਮੇ, ਹੇ ਦਇਆ ਦੇ ਸੋਮੇ, ਹੇ ਸੋਹਣੇ ਪ੍ਰਭੂ, ਹੇ ਸੋਹਣੇ ਪ੍ਰਭੂ, ਹੇ ਜਿੰਦ ਦੇ ਮਾਲਕ, ਹੇ ਜਿੰਦ ਦੇ ਮਾਲਕ, ਹੇ ਨਿਖਸਮਿਆਂ ਦੇ ਸਹਾਈ, ਹੇ ਨਿਖਸਮਿਆਂ ਦੇ ਸਹਾਈ, ਮੇਰੇ ਗਰੀਬ ਦਾ, ਮੇਰੇ ਗਰੀਬ ਦਾ, ਦਰਦ ਦੂਰ ਕਰ ਦਿਓ, ਦਰਦ ਦੂਰ ਕਰ ਦਿਓ, ਹੇ ਸਭ ਤਾਕਤਾਂ ਦੇ ਮਾਲਕ, ਹੇ ਸਭ ਤਾਕਤਾਂ ਦੇ ਮਾਲਕ, ਹੇ ਅਪਹੁੰਚ, ਹੇ ਅਪਹੁੰਚ, ਹੇ ਸਰਵ ਵਿਆਪਕ, ਹੇ ਸਰਵ ਵਿਆਪਕ, ਮੇਰੇ ਉੱਤੇ ਮਿਹਰ ਕਰੋ, ਮੇਰੇ ਉੱਤੇ ਮਿਹਰ ਕਰੋ, ਹੇ ਨਾਨਕ, ਹੇ ਨਾਨਕ, ਇਹ ਸੰਸਾਰ, ਇਹ ਸੰਸਾਰ, ਬੜਾ ਡਰਾਉਣਾ ਖੂਹ ਹੈ, ਬੜਾ ਡਰਾਉਣਾ ਖੂਹ ਹੈ, ਜਿਸ ਵਿੱਚ, ਜਿਸ ਵਿੱਚ ਕੋਪ ਹਨੇਰਾ ਹੈ, ਕੋਪ ਹਨੇਰਾ ਹੈ, ਮੈਨੂੰ ਇਸ ਵਿੱਚੋਂ, ਮੈਨੂੰ ਇਸ ਵਿੱਚੋਂ ਪਾਰ ਲੰਘਾ ਲੋ, ਪਾਰ ਲੰਘਾ ਲੋ। ਇਹ ਸਾਰਿਆਂ ਨੇ ਅਸੀਂ ਬੇਨਤੀ ਕੀਤੀ ਹੈ, ਅੱਗੇ ਹੁਣ ਗੁਰੂ ਸਾਹਿਬ ਦੱਸਣਗੇ ਕਿ ਕਿਹੜੀ ਦਵਾਈ ਹੈ ਜਿਹਦੇ ਨਾਲ ਕਿ ਇਹ ਸਾਰੀਆਂ ਤਕਲੀਫਾਂ ਦੂਰ ਹੋ ਸਕਦੀਆਂ। ਆਓ ਪਿਆਰ ਨਾਲ ਸਾਰੇ ਪੜ੍ਹੀਏ। ਕੋਰ ਦੁਖੀਆਂ, ਕੋਰ ਦੁਖੀਆਂ, ਅਨੇਕ ਹਤਿਆਂ, ਅਨੇਕ ਹਤਿਆਂ, ਜਨਮ ਦਾਰਿਦ੍ਰੰ, ਜਨਮ ਦਾਰਿਦ੍ਰੰ, ਮਹਾ ਬਿਖਿਆਦੰ, ਮਹਾ ਬਿਖਿਆਦੰ, ਮਿਟੰਤ ਸਗਲ, ਮਿਟੰਤ ਸਗਲ, ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ, ਪਾਵਕ ਕਾਸ਼ਟ, ਕਾਸ਼ਟ ਭਸਮੰ ਕਰੋਤ, ਭਸਮੰ ਕਰੋਤ, ਹੋਰ ਦੁਖੀਆਂ, ਹੋਰ ਦੁਖੀਆਂ, ਅਨੇਕ ਹਤਿਆਂ, ਅਨੇਕ ਹਤਿਆਂ, ਜਨਮ ਦਾਰਿਦ੍ਰੰ, ਜਨਮ ਦਾਰਿਦ੍ਰੰ, ਮਹਾ ਬਿਖਿਆ ਦੰ, ਮਹਾ ਬਿਖਿਆਦੰ, ਮਿਟੰਤ ਸਗਲ, ਮਿਟੰਤ ਸਗਲ, ਸਿਮਰੰਤ ਹਰ ਨਾਮ, ਸਿਮਰੰਤ ਹਰ ਨਾਮ, ਨਾਨਕ, ਨਾਨਕ ਜੈਸੇ, ਜੈਸੇ ਪਾਵਕ, ਪਾਵਕ
ਸੇਵਕ ਕਾਸ਼ਟ ਕਾਸ਼ਟ ਭਸਮੰ ਕਰੋਤ ਭਸਮੰ ਕਰੋਤ। ਪਿਆਰੀ ਸਤਸੰਗ ਜੀ, ਘੋਰ ਦੁਖੀਅੰ ਅਨਿਕ ਹੱਤਿਅੰ ਜਨਮ ਦਾਰਿਦਰੰ ਮਹਾਂ ਵਿਖਿਆਦੰ, ਕਹਿਣ ਤੋਂ ਭਾਵ ਜਿੰਨੀਆਂ ਮਰਜ਼ੀ ਤਕਲੀਫਾਂ ਹੋਣ ਕਿਵੇਂ ਦੂਰ ਹੋ ਸਕਦੀਆਂ? ਗੁਰੂ ਸਾਹਿਬ ਕਹਿੰਦੇ ਕਿ ਮਿਟੰਤ ਸਗਲ ਸਿਮਰੰਤ ਹਰ ਨਾਮ, ਕਿ ਜੇ ਤੂੰ ਪਰਮੇਸ਼ਰ ਦਾ ਨਾਮ ਜਪੇ ਤੂੰ ਸਾਰੀਆਂ ਤਕਲੀਫਾਂ ਤੇਰੀਆਂ ਦੂਰ ਹੋ ਸਕਦੀਆਂ। ਅੱਗੇ ਐਗਜ਼ਾਮਪਲ ਦਿੱਤੀ ਗੁਰੂ ਸਾਹਿਬ ਨੇ ਕਿ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋ, ਕਿ ਜਿਵੇਂ ਅੱਗ ਜਿਹੜੀ ਹੈ ਲੱਕੜਾਂ ਦੇ ਢੇਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾ, ਅਤੇ ਪਰਮੇਸ਼ਰ ਦਾ ਨਾਮ ਗੁਰਬਾਣੀ ਜਿਹੜੀ ਹੈ ਇੰਨੀ ਉੱਚੀ ਹੈ ਕਿ ਸਾਰੀਆਂ ਹੀ ਤਕਲੀਫਾਂ ਤੁਹਾਡੀਆਂ, ਕੋਈ ਵੀ ਤਕਲੀਫ ਜ਼ਿੰਦਗੀ 'ਚ ਆ ਗਈ, ਕੋਈ ਕਾਰਜ ਰਾਸ ਨਹੀਂ ਆ ਰਹੇ, ਅਤੇ ਗੁਰੂ ਦੀ ਮਿਹਰ ਨਾਲ ਸਾਰੇ ਠੀਕ ਹੋ ਜਾਂਦੇ ਆ। ਆਓ ਸਾਰੇ ਰਲ ਕੇ ਅਰਥਾਂ ਦ੍ਰਿੜ ਕਰੀਏ ਜੀ। ਭਿਆਨਕ ਦੁੱਖ ਭਿਆਨਕ ਦੁੱਖ ਕਲੇਸ਼ ਕਲੇਸ਼ ਅਨੇਕਾਂ ਖੂਨ ਪਾਪ ਅਨੇਕਾਂ ਖੂਨ ਪਾਪ ਜਨਮ ਤੋਂ ਵਿਆਪਕ ਦੁੱਖ ਜਨਮ ਤੋਂ ਵਿਆਪਕ ਦੁੱਖ ਰੋਗ ਅਤੇ ਗਰੀਬੀ ਰੋਗ ਅਤੇ ਗਰੀਬੀ ਵੱਡੇ ਤੋਂ ਵੱਡੇ ਝਗੜੇ ਤੇ ਪੁਆੜੇ ਵੱਡੇ ਤੋਂ ਵੱਡੇ ਝਗੜੇ ਤੇ ਪੁਆੜੇ ਹੇ ਨਾਨਕ ਹੇ ਨਾਨਕ ਇਹ ਸਾਰੇ ਪਰਮਾਤਮਾ ਦਾ ਨਾਮ ਸਿਮਰਿਆ ਪਰਮਾਤਮਾ ਦਾ ਨਾਮ ਸਿਮਰਿਆ ਮਿਟ ਜਾਂਦੇ ਹਨ ਹੇ ਨਾਨਕ ਇਹ ਸਾਰੇ ਪਰਮਾਤਮਾ ਦਾ ਨਾਮ ਸਿਮਰਿਆ ਮਿਟ ਜਾਂਦੇ ਹਨ ਜਿਵੇਂ ਅੱਗ ਲੱਕੜਾਂ ਦੇ ਢੇਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਆਓ ਜੀ ਅਗਲਾ ਸ਼ਬਦ ਪਿਆਰ ਨਾਲ ਪੜ੍ਹੀਏ। ਇਹ ਗੁਰੂ ਸਾਹਿਬ ਸਾਨੂੰ ਡਾਇਰੈਕਸ਼ਨ ਬਖਸ਼ ਰਹੇ ਹਨ ਲੱਲਾ ਅੱਖਰ ਦੁਆਰਾ। ਲੱਲਾ ਲਾਵੋ ਔਖਦ ਜਾਹੂ ਦੁੱਖ ਦਰਦ ਤੇਹ ਮਿਟੇ ਖਿਨਾਹੂ, ਕਿ ਭਾਈ ਨਾਮ ਰੂਪੀ ਦਵਾਈ ਜਿਹੜਾ ਵੀ ਲਏਗਾ ਨਾ, ਉਹਦੇ ਸਾਰੇ ਦੁੱਖ ਅਤੇ ਦਰਦ ਜਿਹੜੇ ਆ ਖਿਨਾ ਵਿੱਚ ਮਿਟ ਜਾਣਗੇ। ਨਾਮ ਔਖਦ ਜੇ ਹਿਰਦਾ ਹਿਤਾਵੈ ਤਾਹੇ ਰੋਗ ਸੁਪਨੈ ਨਹੀਂ ਆਵੈ, ਕਿ ਨਾਮ ਰੂਪੀ ਦਵਾਈ ਜਿਹਦੇ ਹਿਰਦੇ ਵਿੱਚ ਫਿਰ ਚੰਗੀ ਲੱਗਣੀ ਸ਼ੁਰੂ ਹੋ ਜਾਵੇ, ਫਿਰ ਕੀ ਹੁੰਦਾ ਕਿ ਫਿਰ ਉਹਨੂੰ ਐਸਾ ਭੈੜਾ ਸੁਪਨਾ ਵੀ ਨਹੀਂ ਆਉਂਦਾ ਕਿ ਤੂੰ ਰੋਗੀ ਹੋ ਗਈ, ਭਾਵ ਕਿ ਰੋਗ ਉਹਦੇ ਨੇੜੇ ਹੀ ਨਹੀਂ ਆਏਗਾ।
ਦਵਾਈ ਮਿਲਦੀ ਕਿੱਥੇ ਹੈ? ਪਰਮੇਸ਼ੁਰ ਨੇ ਸਾਰਿਆਂ ਦੇ ਅੰਦਰ ਦੇ ਕੇ ਭੇਜੀ ਹੈ ਦਵਾਈ, ਪਰ ਨਾਲ ਕੰਡੀਸ਼ਨ ਲਾ ਤੀ ਕਿ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ 'ਚ ਆ ਕੇ ਅਰਦਾਸ ਕਰੋ, ਇਹ ਦਵਾਈ ਤੁਹਾਨੂੰ ਮਿਲੇਗੀ। ਹਰ ਔਖਦ ਸਭ ਘੱਟ ਹੈ ਭਾਈ, ਪਰ ਕੀ ਕਿਹਾ ਕਿ ਗੁਰਪੂਰੇ ਬਿਨ ਬਿਧ ਨਾ ਬਣਾਈ। ਗੁਰਪੂਰੈ ਸੰਜਮ ਕਰ ਦਈਆ, ਜਿੱਥੇ ਗੁਰੂ ਸਾਹਿਬ ਨੇ ਦਵਾਈ ਦਿੱਤੀ ਅਤੇ ਨਾਲ ਸੰਜਮ ਦੱਸੇ ਕਿ ਕਿਸੇ ਦਾ ਬੁਰਾ ਨਹੀਂ ਕਰਨਾ, ਕਿਸੇ ਦੇ ਨਾਲ ਸਾੜਾ ਨਹੀਂ ਕਰਨਾ ਜ਼ਿੰਦਗੀ 'ਚ, ਬੁਰੇ ਦਾ ਵੀ ਭਲਾ ਕਰਨਾ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਇਹ ਵੀ ਗੁਰੂ ਸਾਹਿਬ ਡਾਇਰੈਕਸ਼ਨ ਦੇ ਰਹੇ ਆ ਕਿ ਕਿਸੇ ਦੇ ਲਈ ਸਾੜਾ ਨਹੀਂ ਰੱਖਣਾ ਮਨ 'ਚ। ਜੇ ਸਾੜਾ ਰੱਖੋਗੇ ਉਹਦਾ ਕਿਸੇ ਦਾ, ਜਿਹੜਾ ਸਾੜਾ ਕਿਸੇ ਲਈ ਰੱਖਦਾ ਉਹਦਾ ਭਲਾ ਨਹੀਂ ਹੁੰਦਾ ਜ਼ਿੰਦਗੀ 'ਚ। ਇਹ ਗੁਰੂ ਸਾਹਿਬ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਸੋ ਇਹ ਜਿੰਨੇ ਜਿਹੜੇ ਸੰਜਮ ਔਰ ਜਿਹੜਾ ਦਵਾਈ ਵਰਤੇਗਾ ਨਾਮ ਰੂਪੀ, ਉਹਦੇ ਨੇੜੇ ਕਦੀ ਵੀ ਜਿਹੜਾ ਹੈ ਕੋਈ ਦੁੱਖ ਨਹੀਂ ਆਏਗਾ। ਇਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਆਓ ਸਾਰੇ ਪਿਆਰ ਦੇ ਨਾਲ ਅਰਥਾਂ ਦ੍ਰਿੜ ਕਰੀਏ। ਲੱਲਾ ਅੱਖਰ ਦੁਆਰਾ ਉਪਦੇਸ਼ ਹੈ, ਲੱਲਾ ਅੱਖਰ ਦੁਆਰਾ ਉਪਦੇਸ਼ ਹੈ। ਸਾਧ ਸੰਗਤ ਜੀ, ਆਵਾਜ਼ ਬਹੁਤ ਘੱਟ ਆ ਰਹੀ, ਉੱਚੀ ਬੋਲੋ। ਲੱਲਾ ਅੱਖਰ ਦੁਆਰਾ ਉਪਦੇਸ਼ ਹੈ, ਲੱਲਾ ਅੱਖਰ ਦੁਆਰਾ ਉਪਦੇਸ਼ ਹੈ, ਕਿ ਜੋ ਨਾਮ ਰੂਪੀ ਦਵਾਈ ਵਰਤੇਗਾ, ਜੋ ਨਾਮ ਰੂਪੀ ਦਵਾਈ ਵਰਤੇਗਾ, ਉਸਦੇ ਦੁੱਖ ਅਤੇ ਦਰਦ, ਉਸਦੇ ਦੁੱਖ ਅਤੇ ਦਰਦ ਪਲ ਵਿੱਚ ਮਿਟ ਜਾਣਗੇ, ਪਲ ਵਿੱਚ ਮਿਟ ਜਾਣਗੇ। ਨਾਮ ਰੂਪੀ ਦਵਾਈ ਜਿਸਦੇ ਹਿਰਦੇ ਵਿੱਚ ਪਿਆਰੀ ਲੱਗ ਜਾਵੇ, ਉਸ ਨੂੰ ਸੁਪਨੇ ਵਿੱਚ ਵੀ ਰੋਗ ਨਹੀਂ ਆਉਂਦਾ। ਹੇ ਭਾਈ, ਹਰੀ ਨਾਮ ਰੂਪੀ ਦਵਾਈ ਸਭ ਹਿਰਦਿਆਂ ਵਿੱਚ ਹੈ। ਹੇ ਭਾਈ, ਹਰੀ ਨਾਮ ਰੂਪੀ ਦਵਾਈ ਸਭ ਹਿਰਦਿਆਂ ਵਿੱਚ ਹੈ, ਪਰ ਪੂਰੇ ਗੁਰੂ ਤੋਂ ਬਿਨਾਂ ਇਸਦੇ ਵਰਤਨ ਦੀ ਜੁਗਤੀ ਨਹੀਂ ਮਿਲਦੀ। ਪੂਰੇ ਗੁਰੂ ਨੇ ਦਵਾਈ ਨਾਲ ਸੰਜਮ ਵੀ ਦੱਸਿਆ ਹੈ। ਹੇ ਨਾਨਕ, ਜੋ ਮਨੁੱਖ ਇਸ ਦਵਾਈ ਨੂੰ ਗੁਰੂ ਜੀ ਦੁਆਰਾ ਦੱਸੀ ਜੁਗਤ ਅਤੇ ਸੰਜਮ ਨਾਲ ਵਰਤੇਗਾ, ਉਸ ਨੂੰ ਦੁੱਖ ਕਦੇ ਨਹੀਂ ਆਵੇਗਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗਾਈਡਾਂ ਜਿਹੜੀਆਂ ਨੇ ਸਾਰੀਆਂ ਅਵੇਲੇਬਲ ਨੇ ਸਾਡੇ ਕੋਲ, ਹਿੰਦੀ ਔਰ ਪੰਜਾਬੀ ਵਿੱਚ ਇਸ ਵੇਲੇ ਪਈਆਂ। ਇੰਗਲਿਸ਼ ਦੀਆਂ ਗਾਈਡਾਂ ਵੀ ਥੋੜ੍ਹੀਆਂ ਜਿਹੀਆਂ ਜਿਹੜੀਆਂ ਭੈਣ ਜੀ ਦੇ ਘਰ ਪਈਆਂ, ਉਹ ਵੀ ਕੱਲ੍ਹ ਆ ਜਾਣਗੀਆਂ। ਇਹ ਅਸੀਂ ਮੈਂ ਇਹਦੇ ਵਿੱਚੋਂ ਹੀ ਕਰਾ ਰਿਹਾ ਸਾਰਾ, ਜਿਹੜਾ ਤੁਹਾਨੂੰ ਮੈਂ ਮੀਨਿੰਗ ਕਰਾ ਰਿਹਾ, ਤੁਹਾਨੂੰ ਮੈਂ ਦ੍ਰਿੜ ਕਰਾ ਰਿਹਾ, ਇਹਦੇ ਵਿੱਚੋਂ ਹੀ ਕਰਾ ਰਿਹਾ। ਅਤੇ ਜਿਹੜੇ ਰੋਗੀ ਨੇ ਨਾ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਗਾਈਡਾਂ ਜ਼ਰੂਰ ਲੈ ਕੇ ਜਾਓ, ਅਤੇ ਘਰ ਬਹਿ ਕੇ ਵੀ ਇਸ ਤਰ੍ਹਾਂ ਹੀ ਪਾਠ ਕਰੋ ਜਿਵੇਂ ਪਿਆਰ ਨਾਲ ਸਾਰੀ ਸੰਗਤ ਕਰ ਰਹੀ। ਘਰ ਦੇ ਪਰਿਵਾਰ ਦੇ ਮੈਂਬਰ ਬੈਠ ਜਾਓ, ਇੱਕ ਜੀ ਨਾਲ ਅੱਗੇ ਅੱਗੇ ਬੋਲੀ ਜਾਏ, ਪਿੱਛੇ ਸਾਰੇ ਬੋਲੀ ਜਾਣ, ਸਾਰੇ ਰੋਗ ਦੂਰ ਹੋ ਜਾਣੇ। ਆਓ ਸਾਰੇ ਪਿਆਰ ਨਾਲ ਅਗਲਾ ਸ਼ਬਦ ਪੜ੍ਹੀਏ। ਦੀਨ ਦਰਦ ਦੁੱਖ ਪੰਜਨਾ, ਦੀਨ ਦਰਦ ਦੁੱਖ ਪੰਜਨਾ, ਦੀਨ ਦਰਦ ਦੁੱਖ ਪੰਜਨਾ, ਦੀਨ ਦਰਦ ਦੁੱਖ ਪੰਜਨਾ, ਘਟ ਨਾਥ ਅਨਾਥ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਸਰਣ ਤੁਮਾਰੀ ਆਇਓ, ਸਰਣ ਤੁਮਾਰੀ ਆਇਓ, ਸਰਣ ਤੁਮਾਰੀ ਆਇਓ, ਸਾਥ ਨਾਨਕ ਕੇ ਪ੍ਰਭ ਸਾਥ, ਉਠਤ ਸੁਖੀਆ ਬੈਠਤ ਸੁਖੀਆ, ਉਠਤ ਸੁਖੀਆ ਬੈਠਤ ਸੁਖੀਆ, ਉਠਤ ਸੁਖੀਆ ਬੈਠਤ ਸੁਖੀਆ, ਉਠਤ ਸੁਖੀਆ ਬੈਠਤ ਸੁਖੀਆ, ਲਾਗ ਜਾਏ ਸੇ ਬੁਝੀਆ, ਪੌ ਨਹੀਂ ਲਾਗੇ
जैसे बुझिया पाओ नहीं लागे जैसे बुझिया राखा एक हमारा स्वामी राखा एक हमारा स्वामी सर जपो राखा एक हमारा स्वामी सगल कटा का अंतर जामी सोए अचिंता जागे अचिंता सोए अचिंता जागे अचिंता तंता जहा कहा प्रभ तू वरतंता कर सुख वसे अब हर सुख पाया कर सुख वसे अब हर सुख पाया मंत्र दृढ़ाया कहो नानक गुर मंत्र दृढ़ाया श्लोक दीन दरद दुख भंजना घट घट नाथ अनाथ शरण तुम्हारी आयो नानक के प्रभ साथ सुखमणी साहब के विचों श्लोक है आओ पहले ये अर्थां नूं आपां दृढ़ करिए मैं सतगुरु नानक देव जी दा पल्ला फड़ के उस प्रभु दी शरण विच आया हां जो अनाथां दा नाथ है कट कट विच वसदा है अते शरण आया दे दुख दर्द नाश कर देंदा है अगला शब्द पढ़िया उठत सुखिया बैठत सुखिया पौ नहीं लागे जा ऐसे बुझिया राखा एक हमारा स्वामी सगल कटाका अंतर जामी सोए अचिंता जाग अचिंता जहा कहा प्रभ तू वरतंता कर सुख वसिया बाहर सुख पाया कहो नानक गुर मंत्र दिड़ाया आओ जी सारे अर्थां दृढ़ करिए गुरसिख सुख विच उठता है अते सुख विच ही बैंदा है उसनू किसे किसम दा डर नहीं पो सकदा क्योंकि उसने समझ लिया है कि सब जीवां दी रक्षा करन वाले वाहे गुरु जी आप हन कि सब जीवां दी रक्षा करन वाले वाहे गुरु जी आप हन वाहे गुरु जी सब दिलां दे जानन वाले हन ओ गुरमुख निश्चिंत सोंदा है निश्चिंत ही जागदा होया अपना कार विहार करदा है क्योंकि ओने दृढ़ कर लिया है कि हर थां ते सर्वव्यापक करण कारण सर्व समर्थ वाहे गुरु जी ही सब कुछ कर रहे हन इस वास्ते ओदे हिरदे विच सुख वसदा है अते संसार विच भी ओनू सुख ही मिलदा है क्योंकि गुरु जी ने उसनू उपदेश पक्का करा दिता है आओ जी अगला शब्द पढ़िए एक आस राखो मन माहे एक आस राखो मन माहे
एक आस राखो मन माहे, एक आस राखो मन माहे। सर्ब रोग नानक मिट जाहे, सर्ब रोग नानक मिट जाहे। गए कलेश रोग सब नासे, गए कलेश रोग सब नासे। गए कलेश रोग सब नासे, गए कलेश रोग सब नासे। अपने कृपा तारी, प्रभु अपने कृपा तारी। आठ पहर आराधो स्वामी, आठ पहर आराधो स्वामी। आठ पहर आराधो स्वामी, आठ पहर आराधो स्वामी। हमारी पूरन काल हमारी। हर जियो तू सुख संपत रास, हर जियो तू सुख संपत रास। हर जियो तू सुख संपत रास, हर जियो तू सुख संपत रास। राख ले हो पाई मेरे को, राख ले हो पाई मेरे को, राख ले हो पाई मेरे को। प्रभु आगे अरदास, प्रभु आगे अरदास, प्रभु आगे अरदास, प्रभु आगे अरदास। जो मांगो सोई सोई पावो, जो मांगो सोई सोई पावो, जो मांगो सोई सोई पावो, जो मांगो सोई सोई पावो। अपने खसम परोसा, अपने खसम परोसा, अपने खसम परोसा, अपने खसम परोसा। कहो नानक गुरपुरा पेटे ओ, कहो नानक गुरपुरा पेटे ओ, कहो नानक गुरपुरा पेटे ओ, कहो नानक गुरपुरा पेटे ओ। मिट्यो सगले अंदेसा। एक आस राखो मन माहे, सर्व रोग नानक मिट जाए। ये पवित्र पंक्तियाँ सुखमणी साहब के पाठ विचों हन, साहब श्री गुरु अर्जन देव जी महाराज द्वारा उच्चारण कीतियाँ। आओ ये अर्थन पहले असी दृढ़ करिए। मन विच एक परमेश्वर ते आस रखो, एक परमेश्वर ते आस रखो। हे नानक इस तरह सारे रोग मिट जानगे, सारे रोग मिट जानगे। मन विच एक परमेश्वर ते आस रखो, एक परमेश्वर ते आस रखो। हे नानक इस तरह सारे रोग मिट जानगे, सारे रोग मिट जानगे। अगे शब्द पढ़िया प्यारी साध सिंह जी, गए कलेश रोग सब नासे, प्रभ अपने कृपा तारी। आओ ये अर्थन सारे दृढ़ करिए। सारे कलेश खत्म हो गए हन, सारे कलेश खत्म हो गए हन, सारे रोग नट गए हन, सारे रोग नट गए हन। क्योंकि अपने कृपालु प्रभु ने, अपने कृपालु प्रभु ने कृपा कर दिती है, कृपा कर दिती है उस प्रभु स्वामी नू, उस प्रभु स्वामी नू
ਅੱਠੇ ਪਹਿਰ ਯਾਦ ਕਰੀਏ ਤਾਂ ਕਿ ਸਾਡੀ ਕਾਲ ਪੂਰਨ ਹੋਵੇ। ਹੇ ਵਾਹਿਗੁਰੂ, ਤੂੰ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਹੇ ਵਾਹਿਗੁਰੂ, ਤੂੰ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਹੇ ਵਾਹਿਗੁਰੂ ਜੀ, ਤੁਸੀਂ ਮੈਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਲਵੋ। ਹੇ ਪ੍ਰਭੂ ਜੀ, ਤੁਹਾਡੇ ਅੱਗੇ ਮੇਰੀ ਇਹੀ ਅਰਦਾਸ ਹੈ। ਆਪਣੇ ਮਾਲਕ ਤੇ ਭਰੋਸਾ ਰੱਖ ਕੇ ਵਾਹਿਗੁਰੂ ਜੀ ਕੋਲੋਂ ਜੋ ਕੁਝ ਵੀ ਮੈਂ ਮੰਗਦਾ ਹਾਂ ਉਹ ਸਭ ਕੁਝ ਮੈਨੂੰ ਪ੍ਰਾਪਤ ਹੋ ਜਾਂਦਾ ਹੈ। ਆਖ ਨਾਨਕ, ਕਿ ਪੂਰਾ ਗੁਰੂ ਮਿਲਣ ਨਾਲ ਮੇਰੇ ਸਾਰੇ ਡਰ ਖਤਮ ਹੋ ਗਏ ਹਨ। ਆਓ ਜੀ ਅਗਲਾ ਸ਼ਬਦ ਪੜ੍ਹੀਏ। ਅਨਿਕ ਉਪਾਵੀ ਰੋਗ ਨ ਜਾਏ, ਅਨਿਕ ਉਪਾਵੀ ਰੋਗ ਨ ਜਾਏ, ਅਨਿਕ ਉਪਾਵੀ ਰੋਗ ਨ ਜਾਏ, ਅਨਿਕ ਉਪਾਵੀ ਰੋਗ ਨ ਜਾਏ। ਰੋਗ ਮਿਟੇ ਹਰ ਆਵ ਖਦ ਲਾਏ, ਰੋਗ ਮਿਟੇ ਹਰ ਆਵ ਖਦ ਲਾਏ, ਰੋਗ ਮਿਟੇ ਹਰ ਅਵ ਖਦ ਲਾਏ, ਰੋਗ ਮਿਟੇ ਹਰ ਅਵ ਖਦ ਲਾਏ। ਅਵਰੇ ਉਪਾਵ ਸਭ ਤਿਆਗਿਆ, ਅਵਰੇ ਉਪਾਵ ਸਭ ਆ
ਅਨੇਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਇਹ ਪਵਿੱਤਰ ਪੰਕਤੀਆਂ ਜੋ ਹਨ ਇਹ ਵੀ ਸੁਖਮਨੀ ਸਾਹਿਬ ਦੇ ਪਾਠ 'ਚੋਂ ਹਨ। ਪਿਆਰੀ ਸਾਧ ਸੰਗਤ ਜੀ, ਜਿਹੜਾ ਰੋਗ, ਸਾਰੇ ਬੋਲੋ ਜੀ, ਜਿਹੜਾ ਰੋਗ ਅਨੇਕਾਂ ਉਪਾਵਾਂ ਦਵਾਈਆਂ ਅਤੇ ਹੋਰ ਹੀਲਿਆਂ ਨਾਲ ਦੂਰ ਨਹੀਂ ਹੁੰਦਾ, ਉਹ ਰੋਗ ਨਾਮ ਦਾਰੂ ਨਾਲ ਮਿਟ ਜਾਂਦਾ ਹੈ। ਅਗਲਾ ਸ਼ਬਦ ਅਸੀਂ ਪੜ੍ਹਿਆ, ਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ, ਰੋਗ ਸੀਤਲ ਮਨ ਪਿਆ। ਆਓ ਸਾਰੇ ਇਹਦੇ ਅਰਥਾਂ ਦ੍ਰਿੜ ਕਰੀਏ। ਜਿਸ ਮਨੁੱਖ ਨੇ ਹੋਰ ਸਾਰੇ ਹੀਲੇ ਦਵਾਈਆਂ ਆਦਿ ਛੱਡ ਦਿੱਤੇ ਹਨ ਅਤੇ ਪਰਮਾਤਮਾ ਦੇ ਨਾਮ ਦੀ ਹੀ ਦਵਾਈ ਵਰਤੀ ਹੈ ਉਸਦੇ ਸਾਰੇ ਦੁੱਖ ਕਲੇਸ਼ ਸਾਰੇ ਪਾਪ ਸਾਰੇ ਰੋਗ ਮਿਟ ਗਏ ਹਨ। ਉਸਦਾ ਮਨ ਠੰਡਾ ਠਾਰ ਹੋ ਗਿਆ ਹੈ। ਪੂਰੇ ਗੁਰੂ ਦੀ ਯਾਦ ਵਿੱਚ ਰਹਿਣ ਨਾਲ ਸਾਰਾ ਦੁੱਖ ਕਲੇਸ਼ ਦੂਰ ਹੋ ਗਿਆ ਹੈ, ਕਿਉਂਕਿ ਰੱਖਿਆ ਕਰਨ ਦੇ ਸਮਰੱਥ ਵਾਹਿਗੁਰੂ ਜੀ ਨੇ ਉਸ ਉੱਤੇ ਕਿਰਪਾ ਕਰਕੇ ਦੁੱਖਾਂ ਕਲੇਸ਼ਾਂ ਤੋਂ ਉਸਦੀ ਰੱਖਿਆ ਕੀਤੀ ਹੈ। ਪ੍ਰਭੂ ਨੇ ਉਸਦੀ ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ। ਹੇ ਨਾਨਕ, ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸਦਾ ਮਨ ਅਤੇ ਸਰੀਰ ਆਨੰਦ ਭਰਪੂਰ ਹੋ ਗਏ ਹਨ ਅਤੇ ਉਸ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਿਹਾ। ਗੁਰੂ ਪਿਆਰੇ ਸਾਧ ਸੰਗਤ, ਜਿਹੜੇ ਅਗਲੇ ਦੋ ਸ਼ਬਦ ਨੇ ਉਹ ਸਿੱਧਾ ਪੜ੍ਹ ਰਹੇ ਨੇ ਭੈਣ ਜੀ, ਅਰਥਾਂ ਨੂੰ ਆਪਾਂ ਕੱਲ੍ਹ ਦ੍ਰਿੜ ਕਰ ਲਾਂਗੇ, ਕਿਉਂਕਿ ਕੱਲ੍ਹ ਅਤੇ ਪਰਸੋਂ ਦਾ ਹਾਲੇ ਸਮਾਂ ਹੈ, ਕਿਉਂਕਿ ਇਸ ਤੋਂ ਬਾਅਦ ਇਹਨਾਂ ਨੇ ਇੱਕ ਸ਼ਬਦ ਪੜ੍ਹਨਾ ਅਤੇ ਆਨੰਦ ਸਾਹਿਬ ਪੜ੍ਹ ਕੇ ਨਾ ਅਸੀਂ ਅਰਦਾਸ ਔਰ ਹੁਕਮਨਾਮੇ ਤੋਂ ਬਾਅਦ 3:30 ਅਸੀਂ ਹਾਲ ਦੇਣਾ। ਗੁਰਪੂਰੇ ਕਿਰਪਾ ਕਰੀ, ਗੁਰਪੂਰੇ ਕਿਰਪਾ ਕਰੀ, ਗੁਰਪੂਰੇ ਕਿਰਪਾ ਕਰੀ, ਗੁਰਪੂਰੇ ਕਿਰਪਾ ਕਰੀ। ਪਰ ਤਾਂ
परतापे अचरज रूप वड परतापे अचरज रूप हारे के ने दात हारे के ने दात हारे की नी दात हारे की नी दात हम तिस की शरणागति जो सदा सहाय जो सदा सहाय जो सदा सहाय जो सदा सहाय बिरथी कदे न हो सतगुर अपना सिमर सिमर गुर सतगुर अपना सगला दुख मिटाया सगला दुख मिटाया सगला दुख मिटाया सगला दुख मिटाया ताप रोग गए गुर बचने ताप रोग गए गुर बचने बचनी ताप रोग गए गुर बचनी मन इच्छे फल पाया मन इच्छे फल पाया मन इच्छे फल पाया मन इच्छे फल पाया बख्श अपार परम परमेश्वर बख्श अपार परम परमेश्वर बख्श अपार ब्रह्म परमेश्वर बख्श अपार ब्रह्म परमेश्वर सगले रोग बिदारे सगले रोग बिदारे सगले रोग बिदारे सगले रोग बिदारे गुरपुरे की सरणी उभरे गुरपुरे की सरणी उभरे सवारे हर जन सिमरे नामे आधार हर जन सिमरे नामे आधार हर जन सिमरे नामे आधार हर जन सिम नामे आधार तापे उतारिया सतगुर पूरे तापे उतारिया सतगुर पूरे ताप उतारिया सतगुर पूरे ताप
सतगुर पूरे अपनी कृपा तार अपनी कृपा तार अपनी कृपा तार अपनी कृपा तार सदा आनंद करे मेरे प्यारे 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 हर गोविंद गुर राखिया हर गोविंद गुर राखिया हर गोविंद गुर राखिया हर गोविंद गुर राखिया वड़ी वड़ी आई नानक करते की वड़ी वड़ी आई नानक करते की साच शब्द सत पाखिया साच शब्द सत पाखिया साच शब्द सत पाखिया साच शब्द सत पाखिया वाहे गुरु वाहे गुरु खालसा वाहे गुरु जी की फतेह अनंत से ब्रह्मकली महला तीजा आनंद एक ओंकार सतगुर प्रसाद आनंद पिया मेरी माए सतगुरु मैं पाया सतगुरु का पाया सहज से ती मन मजिया मधाया राग रतन परवार परिया शब्द गावण आया सब दोत गावो सदा कुर्बान किता गुरु
वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह।